ਸਾਰਿਆਂ ਨੂੰ ਸਾਡੇ ਦੋਵਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹੋ ਸਾਰੇ ਜਣੇ ਠੀਕ ਠਾਕ ਹੋਵੋਗੇ। ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਦਰਸ਼ਨ ਕਰਾਉਣ ਲੱਗੇ ਹਾਂ। ਡੀਕੇਪੀ ਦੇ ਵਰਗਾ ਇਨਸਾਨ ਨਹੀਂ ਹੈਗਾ ਉਹ, ਪਤਾ ਨਹੀਂ ਕੀ ਹੈ, ਸ਼ਰਾਰਤਾਂ ਇਹਦੇ ਵਰਗੀਆਂ ਨੇ। ਸੇਮ ਦੇਖੋ ਸਹੀ, ਡਜ਼ਨਟ ਲੁੱਕ ਨਾਈਸ ਬੱਚੇ। ਮੰਨਿਆ ਕਿ ਹਾਂ ਵੇ, ਡੀਕੇਪੀ ਦੇ ਨਾਲ ਤੇਰਾ ਸ਼ਕਲ ਮਿਲਦੀ ਹੈ ਥੋੜੀ ਜੀ, ਕੰਮ ਵੀ ਮਿਲਦੇ ਹੈ ਸੇਮ। ਉਹ ਭੱਲੇ ਹੈ। ਚਲੋ ਇਹ ਤੇ ਹੋ ਗਈ ਸੀਰੀਅਸ ਗੱਲ, ਹਾਂ ਸਮਝਾਕ ਵਾਲੀ ਗੱਲ। ਹੁਣ ਆਪਾਂ ਅੱਜ ਵਿਹਲੇ ਆ, ਕੋਈ ਖਾਸ ਹੈ ਨਹੀਂ ਸਾਡੇ ਕੋਲ ਕਰਨ ਨੂੰ। ਵੀਰੇ ਸਬਜ਼ੀ ਬਣਾਈ ਹੈ। ਸਬਜ਼ੀ? ਹਾਂ। ਚਲੋ ਜੀ, ਅੱਜ ਡੀਕੇ ਵੀ ਸਬਜ਼ੀ ਬਣਾਉਂਦਾ ਆ। ਬਣਾਉਣਾ ਕੀ ਬਲਾਇ ਦੱਸ? ਦਾਲ ਬਣਾਵਾਂਗੇ। ਤੇ ਉਹਨੂੰ ਦਾਲ ਕਹਿੰਦੇ ਸਬਜ਼ੀ ਥੋੜੀ? ਦਾਲ ਬਣਾਵਾਂਗੇ। ਚਲੋ ਜੀ, ਅੱਜ ਤੁਹਾਨੂੰ ਦਾਲ ਬਣਾ ਕੇ ਵਿਖਾਉਂਦੇ ਆ ਕਿ ਡੀਕੇ ਵੀ ਸਾਹਿਬ ਦਾਲ ਕਿਵੇਂ ਬਣਾਉਂਦੇ ਆ। ਚਲੋ ਦਾਲ ਲਾਓ। ਕਿਹੜੀ ਇਹ ਦਾਲ ਦਾ ਕੀ ਨਾਮ ਹੈ? ਛੋਲਿਆਂ ਦੀ ਦਾਲ। ਇਹ ਕਿੰਨੀ ਦਾਲ ਲੈਣੀ ਆਪਾਂ? ਇੱਕ ਕਟੋਰੀ, ਇੱਕ ਕੋਲੀ ਦਾਲ। ਉਹ ਕਰਤਾ ਕੰਮ ਹੀ। ਲਓ ਜੀ, ਆ ਲਿਆ ਡੀਕੇ ਵੀ ਨੇ ਕੁੱਕਰ। ਇਹਦੇ ਚ ਹੁਣ ਤਿੰਨ ਗਲਾਸ ਪਾਣੀ ਪਾਵਾਂਗੇ। ਪਾਓ ਜੱਗ। ਆ ਹੋ ਗਿਆ ਇੱਕ ਗਲਾਸ। ਹੁਣ ਦੂਜਾ ਗਲਾਸ ਫੜਨਾ। ਅੱਛਾ, ਇਹੋ ਗਲਾਸ? ਮੈਂ ਸ਼ਾਇਦ ਵੱਖਰੇ ਵੱਖਰੇ ਗਲਾਸ ਪਾਉਣਾ। ਤਿੰਨ ਗਲਾਸ ਪਾਣੀ। ਤਿੰਨ ਪੈ ਗਿਆ, ਥੋੜਾ ਜਿਹਾ ਐਕਸਟਰਾ ਪਾ ਲਿਓ। ਐਡਾ ਮਾੜਾ ਜਿਹਾ, ਅੱਧਾ ਸਾਢੇ ਤਿੰਨ ਲੈ ਲਓ। ਚਲੋ ਹੁਣ ਇਹ ਚ ਮਾੜਾ ਜਿਹਾ ਥੋੜਾ ਜਿਹਾ ਨਮਕ ਪਾਵਾਂਗੇ। ਪਾਓ ਜੀ ਨਮਕ। ਇਹ ਕਿੰਨਾ ਪਾਤਾ ਜੀ? ਆਪਣੇ ਹਿਸਾਬ ਨਾਲ ਪਾ ਲਈਦਾ, ਜਿੰਨਾ ਮਰਜ਼ੀ ਆਪਣੇ, ਮਤਲਬ ਹਾਈਟ ਦੇ ਹਿਸਾਬ ਨਾਲ। ਨਹੀਂ, ਹੁਣ ਇਹਨੂੰ ਆਪਾਂ ਗੈਸ ਤੇ ਰੱਖਾਂਗੇ ਬਾਲਣ ਵਾਸਤੇ। ਆ ਲਓ ਜੀ। ਲਓ ਜੀ, ਹੁਣ ਬਾਲਣ ਲੱਗੇ ਦਾਲ। ਦਾਲ ਲਾਉਣੀ ਮਾਮਾ, ਮੈਂ ਕੁੱਕਰ ਨੂੰ ਨਾ ਦੇ ਲੱਗਾ। ਇਹਨੂੰ ਬੰਦ ਕਰ ਦੇਣਾ। ਹੈਂ? ਤੇ ਗੁਆਂਢੀ ਦੇ ਕੁੜੀਆਂ ਨੇ ਛਿੜ ਜਾਣਾ? ਨਹੀਂ, ਫਿਰ ਠੀਕ ਆ। ਤਿੰਨ ਚਾਰ ਸੀਟੀਆਂ ਵੱਜਣ ਦੇਣੀਆਂ ਵਾ। ਅੱਛਾ, ਹੁਣ ਆਪਾਂ ਮਟੀਰੀਅਲ ਛਿੱਲ ਲਈਏ। ਆਪਾਂ ਤਿਆਰ ਕਰ ਲਿਆ ਪਿਆਜ ਤੇ ਮਿਰਚਾਂ ਨਾਲ ਵਿੱਚ ਹੀ। ਤੇ ਜਿਸ ਘੜੀ ਦਾ ਇੰਤਜ਼ਾਰ ਕਰ ਰਹੇ ਸੀ ਉਹ ਘੜੀ ਆ ਚੁੱਕੀ ਹੈ। ਸੀਟੀ ਵੱਜਣ ਲੱਗੀ ਹੈ ਸੁਣ ਕੇ। ਭਾਜੀ ਸਾਨੂੰ ਨਾ ਬੜਾ ਟਾਈਮ ਹੋ ਗਿਆ ਸੀਟੀ ਨੀ ਵੱਜਣ ਡੀ, ਆਪੇ ਮਾਰ ਦਿੰਦੇ। ਚੱਲੀਏ ਹੁਣ, ਚੱਲੀਏ। ਨਹੀਂ, ਇਹ ਨੀ ਵੱਜਣੀ। ਤੀਜੀ ਵੱਜ ਗਈ, ਚੌਥੀ ਵੱਜ ਲੈਣ ਦੋ। ਲੋ ਜੀ, ਸੀਟੀਆਂ ਵੱਜ ਚੁੱਕੀਆਂ ਨੇ। ਉਹ ਡੀਕੇ ਵੀ ਸਾਹਿਬ ਆਪਣਾ ਕੀ ਕਰਨਗੇ? ਹਾਏ ਵੱਜ ਲੈਂਦੇ ਨਾ। ਹਾਂ ਜੀ, ਹੋਇਆ ਮੈਨੂੰ ਚਾਰ ਕਿਆ। ਇਹ ਹੈ ਦੇਸੀ ਜੁਗਾ, ਆਪ ਵੀ ਕਰ ਸਕਦੇ ਆ ਅਗਰ ਆਪਕੇ ਪਾਸ ਜੇ ਕੋਲੇ ਵਾਲੀ ਕੜਛੀ ਹੈ। ਤੋ ਹੁਣ ਲਾਉਣ ਲੱਗੇ ਤੜਕਾ ਤੇਲ। ਆਓ ਕਰਤਾ ਕੰਮ ਹੀ। ਕੋਈ ਨੀ, ਹਲਦੀ ਵੀ ਪਾਈ ਹੈ। ਆਹ ਉਹ ਤੇਰੀ ਪਲੀ ਅਜੇ ਕਿੰਨੀ ਸੁੱਟਦੀ ਆ। ਲਓ ਜੀ, ਵਿਚਾਰਾ ਮਸਾਲਾ ਲੱਭਣ ਡਿਆ ਤੇ ਮਸਾਲਾ ਹੈ ਨੀ। ਲਓ ਜੀ, ਤੜਕਾ ਹੋ ਗਿਆ ਰੈਡੀ। ਵਧੀਆ ਕੰਮ ਜੇ ਇਹਦਾ, ਜਦੋਂ ਕੋਈ ਸਮਾਨ ਮੁੱਕ ਗਿਆ ਤੇ ਕਿਤੇ ਜਾਣ ਦੀ ਲੋੜ ਨੀ, ਆਪਣੀ ਦੁਕਾਨ ਤੇ ਚੁੱਕ ਲੋ। ਸਬਜ਼ੀ ਚ ਮਸਾਲਾ ਪਾਉਣਾ ਸੀ ਤੇ ਉਹ ਪਤਾ ਨੀ ਮਸਾਲਾ ਮੁੱਕ ਗਿਆ ਵਾ ਤੇ ਰੱਖਿਆ ਸੀ ਡੱਬੇ ਚ, ਡੱਬਾ ਵੀ ਖਾਲੀ ਆ। ਤੇ ਭਾਪੇ ਨੂੰ ਪੁੱਛਣ ਚੱਲੀ ਗਈ। ਹੁਣ ਭਾਪੇ ਨੂੰ ਪੁੱਛਣ ਚੱਲੇ ਗਏ। ਡੈਡੀ, ਉਹ ਮਸਾਲਾ ਕਿੱਥੇ ਆ ਜਿਹੜਾ ਡੱਬੀ ਚ ਮਸਾਲਾ ਹੈਗਾ? ਮਸਾਲਾ ਸਬਜ਼ੀ ਚ ਪਾਉਣਾ ਸੀ। ਡੱਬੇ ਲੋਨ ਦਾ ਨੀ ਹੈ ਨੀ, ਮੋਗਿਆ ਹੋਣਾ।
मतलब मैं भी इन्हें ही क्या मुक गया होना, ये मेरी तो गल मननी नहीं, पापे ने क्या मुक गया होना, तो चल ठीक है जी। वैसे इन्नी मेहनत की थी आपा ते दाल बनी कि दादी होगी, रब जाने यार। देखो जी दाल जे मैं स्वाद लूंगा दाल दा, मैं भी स्वाद ही कहनी है, ऐ स्वाद लेगा इन्हें तो बनाई है, भावे स्वाद बनी हुई ना बनी इन्हें स्वाद ही कहनी है। एक इंसान है पापा एदा, दाल कोली डैडी छकावांगे, डैडी दसूंगे दाल किदां दी बनी। बड़ा खुश ही भावे गाला पै जाना, स्वाद बनी। तुसीं सच्ची दसना कि दाल किदां दी बनी, नकम्मी बनी स्वाद बनी की बनिया बनाया की? अच्छा रंग तो किवें दी लगन दी दसो पहला, इन्ना रंग पाई दा एक चमचे ना पता नहीं लगा लगता जिदा भी दाल बनानी सिखाई है, कोई घर ट्राई ना करे क्योंकि आप वेख ही लिया के दाल बहुत ज्यादा खतरनाक बनी है, तो फ्रेंड कोई भी ट्राई ना करे ठीक है, बेइज्जती है। मैं कह रहा इन्हें तो ठीक है ना, बेइज्जती हो गई है, चलो कोई गल नहीं मारांगे। बस उम्मीद करते हैं तुहानू जिहड़ा ब्लॉग वधिया लगा हैगा इदां ही करते रहो प्यार मेजबान। मैं तुहाडा पवनप्रीत सिंह, आ बेचारा डीके भी है नाल। अगली वीडियो तक सत श्री अकाल, दाल वेखियो फिर एक बारी आ दाल जे बेइज्जती करा दी।